ਸਿੱਖੀ ਵਾਲੇ ਬੰਨੇ ਭਾਈ ਸਾਹਿਬ ਆਉਂਦੇ ਨਹੀਂ ਕਰੀਏ ਕੀ ਹੁਣ ਕਰਨਾ ਕੀ ਤੁਸੀਂ ਆਪੇ ਜੋੜ ਘਟਾਓ ਕਰ ਲੋ ਆਪੇ ਹਿਸਾਬ ਲਾ ਲਓ ਵੀ ਅਸੀਂ ਖਲੋਤੇ ਕਿਥੇ ਇਨੀ ਕਾਮਨ ਸੈਂਸ ਦੀ ਹਰ ਇੱਕ ਬੰਦੇ ਨੂੰ ਵੀ ਅਸੀਂ ਅਸੀਂ ਹਨੇਰਾ ਢੋ ਰਹੇ ਆ ਹੁਣ ਇਥੇ ਪਾਸ਼ਾ ਜੀ ਕਹਿੰਦੇ ਨੇ ਜਿਸ ਪਾਹਣ ਕੋ ਠਾਕੁਰ ਕਹਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਨਾਹਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰਗ੍ਰਾਮੀ ਉਹ ਪੱਥਰ ਦੀਆਂ ਬੇੜੀਆਂ 'ਚ ਬਹਿ ਕੇ ਕਦੀ ਪਾਰ ਨਹੀਂ ਉਲੰਘਿਆ ਜਾਂਦਾ ਪਾਹਣ ਨਾਵ ਤਵੇ ਕੀ ਕਰੀਏ ਗੁਰਮੇਲ ਬੇਖੋ ਗੁਰਮੇਲ ਨਾਨਕ ਠਾਕੁਰ ਜਾਤਾ ਗੁਰੂ ਨੂੰ ਮਿਲ ਕੇ ਹੀ ਹੈ ਨਾਨਕ ਆਕ ਠਾਕੁਰ ਨੂੰ ਜਾਣਿਆ ਜਾਣਾ ਗੁਰਮੇਲ ਸਾਰੇ ਬੋਲੋ ਇੱਕ ਵਾਰ ਧੰਨ ਸ੍ਰੀ ਗੁਰੂ ਗੱਜ ਕੇ ਬੋਲੋ ਧੰਨ ਸ੍ਰੀ ਗੁਰੂ ਗੁਰਮੇਲ ਨਾਨਕ ਆਕੁਰ ਜਾਤਾ ਜਲ ਥਲ ਪਾਣੀ ਹੋ ਗਿਆ ਥਲ ਧਰਤੀ ਹੋ ਗਈ ਮਈਲ ਆਕਾਸ਼ ਜਲ ਤਲ ਮਹੀਆ ਲੋ ਪੁਰਨਾ ਬਿਦਾਤਾ ਇਹ ਕਿਥੋਂ ਪਤਾ ਲੱਗਾ ਮੈਨੂੰ ਆਪਣੇ ਗੁਰੂ ਤੋਂ ਪਤਾ ਲੱਗਾ ਗੁਰੂ ਨੇ ਆਖਿਆ ਮੇਰੇ ਮਨ ਚ ਆਇਆ ਕਿ ਮੈਂ ਜਾਵਾਂ ਤਤ ਜਾਈਏ ਰੇ ਕਰ ਲਾ ਗੋ ਰੰਗ ਮੇਰਾ ਚਿੱਤ ਨਾ ਚੱਲੇ ਹੁਣ ਮੇਰਾ ਚਿੱਤ ਚੱਲਦਾ ਨਹੀਂ ਜਿਵੇਂ ਸਰੀਰ ਚੱਲਦਾ ਹੁਣ ਮੇਰਾ ਚੇਤ ਨਹੀਂ ਚੱਲਦਾ ਮਨ ਪਇਓ ਪੰਗ ਮੇਰਾ ਮਨ ਪਿੰਗੜਾ ਹੋ ਗਿਆ ਪਿੰਗੜਾ ਕਿੱਦਾਂ ਹੋ ਗਿਆ ਗੁਰੂ ਨੇ ਗਿਆਨ ਦਾ ਤੀਰ ਮਾਰਿਆ ਇੱਕ ਦਿਵਸ ਮਨ ਭਈ ਓ ਮੰਗ ਕਸ ਚੰਦਨ ਚੋ ਆ ਵੋ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਮੈਂ ਵੀ ਆਖਿਆ ਵੀ ਮੈਂ ਵੀ ਲੋਕਾਂ ਨੂੰ ਕਰਕੇ ਵੇਖਾਂ ਥਾਲ ਸਜਾਵਾਂ ਸਮਗਰੀ ਰੱਖਾਂ ਪੂਜਾ ਦੀ ਸੋ ਬ੍ਰਹਮ ਬਤਾਇਓ ਗੁਰ ਮੰਨ ਹੀ ਮਾ ਗੁਰੂ ਨੇ ਉਹ ਮਨ ਚ ਵਿਖਾਤਾ ਜਹ ਜਾਈਏ ਤੈਂ ਜਲ ਪਖਣ ਤੂੰ ਪੂਰ ਰਹयो ਹੈ ਸਭ ਐ ਬਰਾਬਰ ਤੂੰ ਪੂਰ ਰਹयो ਹੈ ਸਭ ਇਸਮ ਬੇਦ ਪੁਰਾਨ ਸਭ ਦੇਖੈ ਜੋਏ ਉਹਾਂ ਤੋਂ ਜਾਈਏ ਜੋ ਇहां ਨਾ ਹੋਏ ਉਸੇ ਮੁੱਦਾਂ ਗੱਲ ਹੋ ਗਈ ਪੁੱਤਰਾ ਤਿਆਰ ਹੋ ਕੇ ਚੱਲਿਆ ਦਾਦੇ ਨੇ ਆਵਾਜ਼ ਮਾਰੀ ਪੁੱਤਰ ਪਾਣੇ ਤੱਕ লাশ ਵੜਾਈ ਤੋਨੇ ਨਾਲ ਹੀ ਦੂਜੇ ਨੂੰ ਕਹਤਾ ਤੂੰ ਫੜਾ ਦੇ ਤੋਨੇ ਪੁੱਛਿਆ ਕਿੱਥੇ ਚੱਲਿਆ ਇਹ ਸ਼ਬੀਲ ਤੇ ਚੱਲਿਆ ਨਾ ਬਾਹਰ ਦਾਦੇ ਨੇ ਇਹ ਪਾਣੀ ਦਾ ਗਲਾਸ ਮੰਗਿਆ ਪੁੱਤਰਾ ਤੁਰ ਲਗਾ ਪੁੱਤਰਾ ਤੁਰ ਲਗਾ ਤੋਨੇ ਲੱਗ ਗਿਆ ਨਾਲ ਦੂਜੇ ਨੂੰ ਕਹਤਾ ਤੂੰ ਫੜਾ ਦੇ ਪਾਣੀ ਦਾਦੇ ਨੇ ਪੁੱਛ ਹੀ ਲਿਆ ਵੀ ਕੋਈ ਜ਼ਰੂਰੀ ਕੰਮ ਹੋਣਾ ਕਹਿੰਦਾ ਪੁੱਤਰ ਚੱਲਿਆ ਕਿੱਥੇ ਮੇਰਾ ਸ਼ਬੀਲ ਲੱਗੀ ਹੈ ਜੀ ਯਾਨੀ ਕਿ ਦੂਜਿਆਂ ਨੂੰ ਪਾਣੀ ਪਿਉਣਾ ਜਿੱਥੇ ਲੋੜ ਸੀ ਕਹਿੰਦਾ ਪਾਣੀ ਆਪੇ ਫੜ ਕੇ ਪੀ ਲੋ ਜੀ ਮਗਰੋਂ ਕਿਓ ਪਾਉਂਦੇ ਆ ਮੂੰਹ ਚ ਮਗਰੋਂ ਜੁੱਤੀਆਂ ਚੱਕੀ ਫਿਰਦੇ ਆ ਮਗਰੋਂ ਬਿਸਤਰੇ ਰਜਾਈਆਂ ਤਲਾਈਆਂ ਸਰਾਣੇ ਕੌਲੀਆਂ ਚਿਮਚੇ ਪਤਾ ਨਹੀਂ ਕੀ ਕੀ ਚੱਕੀ ਫਿਰਦੇ ਆ ਜਿੱਥੇ ਜ਼ਰੂਰਤ ਆ ਉਥੇ ਪੁੱਛਣ ਨੂੰ ਅਸੀਂ ਤਿਆਰ ਹੈ ਨਹੀਂ ਇਹ ਸੀ ਇਨਕਲਾਬੀ ਸ਼ਬਦ ਗੁਰੂ ਪਾਸ਼ਾ ਜੀ ਦੇ ਜਿਹੜੇ ਸਮੇਂ ਦੀਆਂ ਸਰਕਾਰਾਂ ਨੂੰ ਤੇ ਅਖੌਤੀ ਧਾਰਮਿਕ ਲੋਕਾਂ ਨੂੰ ਹজম ਨਾ ਆਏ ਅਖੀਰ 30 ਮਈ 1606 ਈਸਵੀ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਸ਼ਾ ਵਰਗੀ ਸ਼ਖਸੀਅਤ ਨੂੰ ਤਤਿ ਤਵੀ ਤੇ ਬਿਠਾ ਕੇ ਦੇਗ ਵਿੱਚ ਉਬਾਲਾ ਦੇ ਕੇ ਲਾਹੌਰ ਦੀ ਉਤਰਤੀ ਜਿ세 ਕਦੀ ਪਰਪਕਾਰ ਕੀਤਾ ਸੀ ਹਜ਼ੂਰ ਨੇ ਕੈਲੰਡਰ ਦੇ ਜੇਟਾਂ ਦੇ ਬਾਦ ਘਾਟ ਕਰਨ ਉਦੋਂ 16 ਜੂਨ ਸੀ ਵੈਸੇ ਪਰ ਚਲੋ ਇਸ ਸਮੇਂ ਦੀਆਂ ਸਰਕਾਰਾਂ ਸਮਝਣ ਦੀ ਲੋੜ ਹੈ ਸਾਨੂੰ ਮੂਹ ਲਾਨ ਸਾਈ ਕੈਲੰਡਰ ਜਿਹੜਾ ਸਰਦਾਰ ਪਾਲ ਸਿੰਘ ਪੂਰੇ ਵਾਲ ਕੈਨੇਡਾ ਨਿਵਾਸੀ ਨੇ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਹਿਜਰੀ ਕੈਲੰਡਰ ਇਸਲਾਮ ਵਾਲਿਆਂ ਨੂੰ ਤਿਆਰ ਕਰਕੇ ਦਿੱਤਾ ਉਹਨਾਂ ਸਤਕਾਰ ਕੀਤਾ ਸਿੱਖਾਂ ਨੂੰ ਵੀ ਤਿਆਰ ਕਰਕੇ ਦਿੱਤਾ 2003 ਦੇ ਵਿੱਚ ਉਹ ਲਾਗੂ ਹੋਇਆ 9 ਤੱਕ ਲਾਗੂ ਰਿਹਾ ਪਰ ਪਤਾ ਨਹੀਂ ਨੌ ਦੇ ਵਿੱਚ ਫਿਰ ਕਿਤੇ ਯੂਰ ਪੈ ਗਿਆ ਡੇਰੇਦਾਰਾਂ ਦਾ ਉਹਨਾਂ ਨੇ ਫਿਰ ਕਾਲਾ ਮੜਾ ਕਰਤਾ ਤੇ ਉਹ ਸਾਰਾ ਕੁਝ ਦੂਜੇ ਬਨੇ ਚੱਲ ਪਿਆ ਆਓ ਸਿਆਣੇ ਹੋਈਏ ਸੂਝਵਾਨ ਹੋਈਏ ਗੁਰੂ ਦੀ ਬਾਣੀ ਪੜਹੀਏ ਸਮਝੀਏ ਵਿਚਾਰੀਏ ਤੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਸੌਣ ਦਾ ਯਤਨ ਕਰੀਏ ਕੱਲ੍ਹ ਸ਼ਾਮ ਦਾ ਤੇ ਪਰਸੋਂ ਦਿਨ ਦਾ ਦੋ ਦੀਵਾਨ ਹੋ ਰਹਿ ਗਏ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ